एक कार्ड शीट उपर घड़ी बनाओ अते रोमन अक्षरां विच 1 तो 12 तक लिखो। इस घड़ी नू एक मोटी रबड़ शीट उपर चिपका दियो। पिन अते बीड नाल 4 रंगदार स्ट्रॉ जोड़ो। ਹੁਣ ਸਟ੍ਰਾਅ ਨੂੰ ਜੋੜੋ ਅਤੇ 4 ਸੈਕਟਰ ਬਣਾ ਲਓ ਤਾਂ ਕਿ ਹਰ ਸੈਕਟਰ ਦੇ ਵਿੱਚ ਅੱਖਰਾਂ ਦੀ ਗਿਣਤੀ 1 ਤੋਂ 20 ਹੋਵੇ। ਇਸ ਲਈ ਕੁਝ ਖਾਸ ਨਿਯਮ ਹਨ। ਰੋਮਨ 9 ਅਤੇ ਰੋਮਨ 11 ਦੋਨੋਂ 11 ਹਨ। ਰੋਮਨ 4 ਅਤੇ ਰੋਮਨ 6 ਦੋਨੋਂ 6 ਹਨ। ਥੋੜੀ ਜਦੋਜਹਿਦ ਤੋਂ ਬਾਅਦ ਤੁਸੀਂ 4 ਸੈਕਟਰ ਬਣਾ ਲਓਗੇ ਜਿਸ ਦੇ ਵਿੱਚ ਅੱਖਰਾਂ ਦੀ ਗਿਣਤੀ 20 ਹੋਵੇਗੀ।